अपने कर रहे सामने आह जो बिलकुल कहे नरक कह सकते हैं आप एदू वा शब्द अपने कोई वरतन वास्ते होना नहीं गा भी। सत श्री अकाल दोस्तों, की हाल ने ताडे दोस्तों। जिमें तुहानू पता ही है कि जड़ा हैगा गिदड़बा शहर के जो विकास है वह पूरी दुनिया वास्ते कई वास्ते कहा जाता भी गिदड़बा शहर जो असी चंडीगढ़ बनाता तो कुछ क थावान ये कह दें भी असी जड़ा हैगा इतने बहुत ज़्यादा कुछ लैके आए हैं गिदड़बा वास्ते। तो जिमें कि तुसी पिछले दिनों दे विच ही साडे विधायक आ जिहड़े अमरिंदर सिंह जी राजा वड़ेंग दीआं इह फोटोआं तुसी आपदे उन्हां दे पेज ते देखियां होणगीआं इत्थे भी पार्क दे विच इह जिहड़ा हैगा रुख लगा रहे आ। उस तों बिना जिहड़ा हैगा इह आप जिहड़ा हैगा मिट्टी पट के जिहड़ा उद्घाटन कर रहे आ। सो इहो जिहीआं जिहड़ीआं काफ़ी फोटोआं उन्हां दे खुद दे पेज ते तुसी देखियां होणगीआं ते पर मैं जिहड़ा तुहानूं दिखाउणा चाहुणा उह गिदड़बा दा इह सच है कि गिदड़बा शहर दे विच अज की हो रिहा। ਇਹ ਜਿਹੜਾ ਪਾਰਕ ਹੈ, ਪਾਰਕ ਇੱਥੋਂ ਜਿਹੜਾ ਹੈਗਾ ਜਿਸ ਦੇ ਆ ਉਦਘਾਟਨ ਸਰਦਾਰ ਜਿਹੜੇ ਅਮਰਿੰਦਰ ਸਿੰਘ ਜੀ ਰਾਜਾ ਬਣੇ ਕਰ ਰਿਹਾ ਉਹਦੇ ਸਾਹਮਣੇ ਆਹ ਜਿਹੜਾ ਬਿਲਕੁਲ ਕਹੇ ਨਰਕ ਕਹਿ ਸਕਦੇ ਹਾਂ ਆਪਾਂ ਇਦੋਂ ਵੱਡਾ ਸ਼ਬਦ ਆਪਣੇ ਕੋਲ ਕੋਈ ਵਰਤਨ ਵਾਸਤੇ ਹੋਣਾ ਨਹੀਂ ਜਿਹੜਾ ਨਰਕ ਹੈ ਜਿੱਥੇ ਲੋਕ ਰਹਿ ਰਹੇ ਨੇ ਅਤੇ ਇੱਥੇ ਜਿਹੜਾ ਹੈਗਾ ਨਾਲ ਹੀ ਜਿਹੜੀਆਂ ਆਹ ਖੁਦ ਆਵਾਰਾ ਗਾਵਾਂ ਅਤੇ ਜਿਹੜਾ ਹੈਗਾ ਸੂਰ ਅਤੇ ਇਹ ਜਿਹੜਾ ਹੈਗਾ ਪਾਣੀ ਹੈ ਸੀਵਰੇਜ ਦਾ ਇਹ ਤੁਸੀਂ ਜਿਹੜਾ ਹੈਗਾ ਆਪਣੇ ਅੱਖੀ ਵੇਖ ਸਕਦੇ ਹੋ। ਮੇਰੇ ਪਿੱਛੇ ਦੂਰ ਦੂਰ ਤੱਕ ਜਿਹੜਾ ਹੈਗਾ ਪੋਲੀਥਨ ਖਿਲਰੇ ਹੋਏ ਆ। ਹੋ ਸਕਦਾ ਕੱਲ੍ਹ ਨੂੰ ਜਿਹੜਾ ਹੈਗਾ ਵੜਿੰਗ ਸਾਹਿਬ ਇਹ ਕਹਿ ਦੇਣ ਇਸ ਜਗ੍ਹਾ ਦੇ ਬਾਰੇ ਕਿ ਇਹ ਤਾਂ ਜੀ ਰੇਲਵੇ ਦੀ ਜਗ੍ਹਾ ਹੈ। ਜੇ ਜਗ੍ਹਾ ਤਾਂ ਮੈਂ ਮੰਨ ਲੈਣਾ ਰੇਲਵੇ ਦੀ ਹੈ, ਪਰ ਮੈਨੂੰ ਐਂ ਦੱਸੋ ਵੀ ਜਿਹੜਾ ਇਹ ਪਾਣੀ ਵੀ ਰੇਲਵੇ ਛੱਡਦਾ ਪਿੱਛੇ ਫਿਰ, ਅਤੇ ਜਾਂ ਜਿਹੜੇ ਆਹ ਕਾਗਜ਼ ਹੈ ਪਿੱਛੇ ਇੰਨਾ ਖਿਲਰਾ ਹੋਇਆ ਸਾਰਾ ਸਿਸਟਮ ਹੈ ਇਹ ਵੀ ਫਿਰ ਰੇਲਵੇ ਛੱਡਦਾ, ਜਾਂ ਆ ਜਿਹੜੀਆਂ ਆਹ ਅਵਾਰਾ ਗਊਆਂ ਮੇਰੇ ਪਿੱਛੇ ਫਿਰਦੀਆਂ ਆਹ ਦੇਖੋ ਕਿਤੇ ਵੀ ਜਿਹੜਾ ਹੈਗਾ ਖੁੱਲ੍ਹੇ ਸੈਰ ਕਰਦੇ ਆ ਬੰਦੇ ਤਾਂ ਪਤਾ ਨਹੀਂ ਕਿਹੜੇ ਟਾਈਮ 'ਚ ਇਸ ਪਾਰਕ ਦੇ ਵਿੱਚ ਸੈਰ ਕਰਿਆ ਕਰਨਗੇ। ਪਰ ਆਹ ਤੁਹਾਨੂੰ ਮੈਂ ਦਿਖਾ ਦਿੰਦਾ ਪਿੱਛੇ ਆਹ ਜਿਹੜੇ ਹੈਗੇ ਆ ਮੇਰੇ ਪਿੱਛੇ ਗਾਵਾਂ ਮੱਝਾਂ ਇਹ ਚੀਜ਼ਾਂ ਦੇਖ ਸਕਦੇ ਹੋ। ਤੁਹਾਨੂੰ ਮੈਂ ਇਕੱਲੀ ਇਕੱਲੀ ਇੱਥੋਂ ਦੀ ਅਸਲੀਅਤ ਦਿਖਾਉਣ ਦੀ ਕੋਸ਼ਿਸ਼ ਕਰਦਾ ਵੀ ਗਿੱਦੜਬਾਹ ਦੇ ਵਿੱਚ ਕਿੰਨਾ ਵਿਕਾਸ ਹੋਇਆ ਹੈ ਜਿਹੜਾ ਹੈਗਾ ਸਾਡੇ ਵਿਧਾਇਕ ਸਾਹਿਬ ਨੇ ਕੀਤਾ। ਇਦੋਂ ਪਿੱਛੇ ਮੈਂ ਕਿਉਂਕਿ ਕੈਮਰਾ ਸ਼ਾਇਦ ਜਾਂਦਾ ਨਹੀਂ ਗਾ, ਸ਼ਾਇਦ ਮੈਂ ਦੇਖਦਾ ਰੋਟੇਟ ਹੁੰਦਾ ਹੁੰਦਾ ਤਾਂ ਨਹੀਂ ਹੁੰਦਾ ਯਾਰ ਇਹ ਲੈ ਹੁੰਦਾ ਬਈ, ਇਹ ਤਾਂ ਮੈਨੂੰ ਅੱਜ ਪਤਾ ਲੱਗ ਗਿਆ। ਆਹ ਤੁਸੀਂ ਦੇਖ ਲਓ ਆਹ ਸਭ ਕੁਝ ਹੈ, ਇਹ ਗਿੱਦੜਬਾ ਸ਼ਹਿਰ ਦੇ ਵਿੱਚ ਆ ਜਿੱਥੇ ਹਜੇ ਪਰਸੋਂ ਹੀ ਰਾਜਾ ਵੜਿੰਗ ਸਾਹਿਬ ਆਏ ਹੈ ਅਤੇ ਆਹ ਵੀ ਰੇਲਵੇ ਨੇ ਖਿਲਾਰੀਆਂ। ਜਿਹੜਾ ਇੰਨਾ ਗੰਦ ਹੈ ਅਤੇ ਇੱਥੋਂ ਤੱਕ ਕਿ ਯਾਰ ਇੱਥੇ ਸਾਹ ਲੈਣਾ ਮੁਸ਼ਕਲ ਹੈ, ਇੱਥੋਂ ਤੱਕ ਕਿ ਆਹ ਤੁਹਾਨੂੰ ਮੈਂ ਨਾ ਇੱਥੇ ਨਾ ਚਾਰ ਫ੍ਰੀ ਪਬਲਿਕ ਟੋਇਲਟ ਬਣੇ ਸੀਗੇ, ਇਹਨਾਂ ਦੇ ਵਿੱਚ ਜੇ ਕੋਈ ਬੰਦਾ ਜਾ ਕੇ ਇੱਕ ਵਾਰੀ ਠੀਕ ਹੈ ਸਾਬਤ ਮੁੜ ਆਵੇ ਠੀਕ ਹੈ, ਜੇ ਉਹਨੂੰ ਕੋਈ ਰੋਗ ਨਾ ਹੋਵੇ ਮੈਨੂੰ ਲੱਗਦਾ ਉਹ ਬੰਦਾ ਧਾਨੀ ਹੋਊਗਾ। ਆਹ ਗਿੱਦੜਬਾ ਦਾ ਹਾਲ ਹੈ ਅੱਜ ਦੀ ਘੜੀ, ਗਿੱਦੜਬਾ ਨਰਕ ਬਣਿਆ ਹੋਇਆ। ਆਹ ਦੇਖੋ ਮੈਂ ਤੁਹਾਨੂੰ ਦਿਖਾ ਦੇਣਾ ਕੁੱਤੇ ਸੂਰ ਗਾਵਾਂ ਅਤੇ ਇਹਨਾਂ ਚੀਜ਼ਾਂ ਵਾਸਤੇ ਜਿਹੜਾ ਹੈਗਾ ਅੱਜ ਆਹ ਵਿਕਾਸ ਹੈ। ਜਿਹੜਾ ਪਾਰਕ ਵੜਿੰਗ ਸਾਹਿਬ ਇਹਨਾਂ ਦੇ ਵਿੱਚ ਦਿਖਾ ਰਿਹਾ, ਮੈਂ ਤੁਹਾਨੂੰ ਪਾਰਕ ਵੀ ਦਿਖਾ ਦਿੰਦਾ। ਇਹ ਨਹੀਂ ਗਾ ਵੀ ਕੋਈ ਗੱਲ ਵੜਿੰਗ ਸਾਹਿਬ ਇਹ ਕਹਿ ਦੇਣ ਵੀ ਯਾਰ ਸਾਨੂੰ ਤਾਂ ਪਤਾ ਨਹੀਂ ਜੀ ਗਿੱਦੜਬਾ ਦੇ ਵਿੱਚ ਜਿਹੜਾ ਹੈਗਾ ਇੰਨਾ ਵੀ ਗੰਦ ਹੈ। ਮੈਂ ਤੁਹਾਨੂੰ ਦਿਖਾ ਦਿੰਦੇ ਹਾਂ ਆਹ ਜਿਹੜੀ ਹੈਗੀ ਆ ਆਹ ਜਿਹੜਾ ਨਰਕ ਹੈ ਠੀਕ ਹੈ, ਇਹ ਬਿਲਕੁਲ ਸਾਹਮਣੇ ਉਸ ਪਾਰਕ ਦੇ ਆਹ ਪਾਰਕ ਹੈ ਜੀ ਜਿੱਥੋਂ ਦਾ ਉਦਘਾਟਨ ਕੱਲ੍ਹ ਵੜਿੰਗ ਸਾਹਿਬ ਖੁਦ ਕਰਕੇ ਗਏ ਆ। ਥੋੜ੍ਹੇ ਦਿਨ ਪਹਿਲਾਂ ਹੀ ਉਹਨਾਂ ਦੇ ਆਪਦੇ ਪੇਜ ਤੋਂ ਹੀ ਮੈਂ ਦੇਖਿਆ, ਮੈਂ ਕਿਹਾ ਚੱਲ ਮੈਂ ਜਾ ਕੇ ਦੇਖਾਂ ਵੀ ਕਈ ਵਾਰੀ ਹੋ ਸਕਦਾ ਗਿੱਦੜਬਾ ਦੀ ਜਿਹੜੀ ਸ਼ਕਲ ਹੀ ਬਦਲ ਗਈ ਹੋਵੇ। ਆਹ ਸਾਹਮਣੇ ਪਾਰਕ ਹੈ ਅਤੇ ਆਹ ਸਾਹਮਣੇ ਆਹ ਨਰਕ ਹੈ। ਇਹ ਪਾਣੀ ਕਿਵੇਂ ਆਇਆ, ਉੱਪਰੋਂ ਆਇਆ ਜਾਂ ਥੱਲਿਓਂ ਆਇਆ, ਅਤੇ ਆਹ ਪਾਰਕ ਆ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾ ਦਿੰਦਾ ਠੀਕ ਆ। ਇਹ ਪਾਰਕ ਦੇ ਵਿੱਚ ਜਿਹੜੇ ਹਜੇ ਪਾਰਕ ਦਾ ਕੰਮ ਚੱਲ ਰਿਹਾ, ਚਲੋ ਬਹੁਤ ਵਧੀਆ ਕੰਮ ਹੈ ਸ਼ਲਾਘਾਯੋਗ ਹੈ, ਪਰ ਇਕੱਲਾ ਪਾਰਕ ਕੀ ਕਰੂਗਾ, ਆਹ ਚੀਜ਼ਾਂ ਦੇ ਬਾਰੇ ਕੌਣ ਬੋਲੂਗਾ। ਆਹ ਜਿਹੜਾ ਗਿੱਦੜਬਾਹ ਦੇ ਵਿੱਚ ਦੂਰ ਦੂਰ ਤੱਕ ਜਿੱਥੋਂ ਤੱਕ ਤੁਹਾਡੀ ਨਜ਼ਰ ਜਾਂਦੀ ਹੈ ਨਾ ਕੈਮਰੇ ਦੀ ਜ਼ੂਮ ਮੁੱਕ ਜਾਣੀ ਹੈ, ਪਰ ਤੁਸੀਂ ਇਹ ਚੀਜ਼ਾਂ ਬਾਰੇ ਦੇਖਦੇ ਦੇਖਦੇ ਜਿਹੜਾ ਹੈਗਾ ਥੱਕ ਜਾਓਗੇ। ਸੋ ਦੋਸਤੋ ਇੱਕ ਗੱਲ ਹੈ, ਵੜਿੰਗ ਸਾਹਿਬ ਜਿਹੜੇ ਪਹਿਲਾਂ ਵੀ ਸੰਸਦ ਬੋਰਡ ਦੇ ਜਿਹੜੇ ਮੈਂਬਰ ਰਹੇ ਨੇ, ਸ਼ਾਇਦ ਉੱਥੋਂ ਹੀ ਉਹਨਾਂ ਨੇ ਜਿਹੜਾ ਆਪਦਾ ਸਿਆਸੀ ਗੁਣ ਸਿੱਖਿਆ ਹੋਣਾ ਵੀ ਚਾਹੇ ਕੰਮ ਘੱਟ ਕੀਤਾ ਜਾਵੇ ਪਰ ਅੱਛੇ ਤਰੀਕੇ ਨਾਲ ਜਿਹੜਾ ਸਟੰਟਬਾਜ਼ੀ ਕੀਤੀ ਜਾਵੇ ਤਾਂ ਹੀ ਲੋਕ ਨਾਲ ਜੁੜਦੇ ਆ। ਅਤੇ ਗਿੱਦੜਬਾਹ ਵਾਸੀ ਇਸ ਬਾਰੇ ਕੀ ਸੋਚਦੇ ਆ ਮੈਂ ਤੁਹਾਨੂੰ ਆਉਣ ਵਾਲੀਆਂ ਵੀਡੀਓ ਦੇ ਵਿੱਚ ਦਿਖਾ ਦੂੰਗਾ।
ਸੋ ਇਹ ਚੀਜ਼ ਦਿਖਾਉਣ ਦਾ ਤੁਹਾਨੂੰ ਮਕਸਦ ਮੇਰਾ ਇਹੀ ਸੀਗਾ ਵੀ ਸਾਡੇ ਗਿੱਦੜਬਾਹੇ ਦਾ ਵਿਕਾਸ ਆ ਜਿਹੜਾ ਉਹ ਜਿਹੜਾ ਤੁਰਦਾ ਫਿਰਦਾ ਨਜ਼ਰ ਆ ਰਿਹਾ। ਦੇਖੋ ਆਹ ਮੱਝਾਂ ਜਿਹੜੀਆਂ ਗਾਵਾਂ ਹੈਗੀਆਂ ਅਤੇ ਇੱਕ ਆਹ ਗਾਵਾਂ ਇਹ ਪਾਰਕ ਦੀਆਂ ਕੰਧਾਂ ਨਾਲ ਹੀ ਖੜੀਆਂ ਅਤੇ ਆਹ ਗਾਵਾਂ ਸ਼ਾਇਦ ਸੈਰ ਕਰਨ ਵਾਸਤੇ ਅੰਦਰ ਜਾਣ ਵਾਸਤੇ ਤਿਆਰ ਹੋਣ। ਤੁਸੀਂ ਇਹ ਚੀਜ਼ ਬਾਰੇ ਆਪੇ ਸੋਚਿਓ ਜਿਹੜਾ ਗਿੱਦੜਬਾਹਾ ਕਿੰਨਾ ਕੁ ਚੰਡੀਗੜ੍ਹ ਬਣ ਗਿਆ ਜਾਂ ਇਹਦੇ ਵਿੱਚ ਜਿਹੜਾ ਹੈਗਾ ਹੋਰ ਕਿੰਨਾ ਕੁ ਵਿਕਾਸ ਜਿਹੜਾ ਹਾਂਜੀ ਆ ਜਾ ਯਾਰ ਤੇਰੀ ਬਣਾ ਦੇਣਾ ਤੁਹਾਡੇ ਵਾਸਤੇ ਬੋਲਦਾ ਮੁੰਡਾ ਕਹਿਣਾ ਬਾਈ ਮੇਰੀ ਵੀਡੀਓ ਬਣਾ ਦੇ। ਪਰ ਦੇਖੋ ਛੋਟੇ ਛੋਟੇ ਜਿਹੜੇ ਹੈਗੇ ਆ ਇੱਥੇ ਕੌਣ ਬੰਦਾ ਰਹਿ ਸਕਦਾ। ਦੂਜੀ ਗੱਲ ਹੈ ਵੀ ਯਾਰ ਵੜਿੰਗ ਸਾਹਿਬ ਸਾਡੀ ਤਾਂ ਬੇਨਤੀ ਹੈ ਵੀ ਯਾਰ ਇਸ ਤਰ੍ਹਾਂ ਸ਼ਾਇਦ ਪੂਰੀ ਦੁਨੀਆਂ ਨੂੰ ਭਰਮ ਪੈਂਦਾ ਵੀ ਵੜਿੰਗ ਸਾਹਿਬ ਜਿਹੜੇ ਹੈਗੇ ਆ ਵੀ ਬਹੁਤ ਕੰਮ ਕਰੀ ਜਾਂਦੇ ਆ, ਜਦਕਿ ਅਸਲੀਅਤ ਇਹ ਹੈ ਵੀ ਉਹਦੇ ਸਾਹਮਣੇ ਹੀ ਕੋਈ ਆਏ ਨਹੀਂ ਗਾ, ਕੋਈ ਬਾਹਲੀ ਦੂਰ ਹੋਵੇ ਯਾਰ ਫਿਰ ਕਹਿ ਦੇਈਏ ਵੀ ਨਜ਼ਰ ਨਾ ਪਏ। ਉਹਦੇ ਸਾਹਮਣੇ ਦੇ ਹਾਲਾਤ ਇਹੋ ਜਿਹੇ ਆ, ਮੈਂ ਤੁਹਾਨੂੰ ਦੱਸਾਂ ਆਹ ਸੜਕ ਹੈ ਵਿੱਚ, ਬਸ ਆਹ ਸੜਕ ਪਾਰਕ ਦੀ ਹੈ, ਇੱਧਰਲੇ ਪਾਸੇ ਜਿਹੜਾ ਦਿਖ ਰਿਹਾ ਤੁਹਾਨੂੰ ਪਾਰਕ ਹੈ ਅਤੇ ਇੱਧਰਲੇ ਪਾਸੇ ਜਿਹੜਾ ਹੈਗਾ ਤੁਹਾਨੂੰ ਸਾਰਾ ਨਰਕ ਦਿਖੀ ਜਾਂਦਾ। ਆਹ ਸਾਰਾ ਕੁਝ ਹੈ, ਆਹ ਲਿਫਾਫੇ ਤਾਂ ਯਾਰ ਚੱਕ ਦਿਓ ਘੱਟੋ ਘੱਟ, ਆਹ ਪਾਣੀ ਤਾਂ ਰੋਕ ਸਕਦੇ ਹੋ, ਨਹੀਂ ਕੁਝ ਕਰਨਾ। ਚਲੋ ਮੈਂ ਕਹਿਣਾ ਵੀ ਰੇਲਵੇ ਦੀ ਜ਼ਮੀਨ ਆ ਛੱਡੋ ਪਰੇ, ਪਰ ਕਿੰਨੀ ਕੁ ਉਹਦਾ ਵੀ ਆਪਾਂ ਨੂੰ ਦੇਖਣਾ ਚਾਹੀਦਾ। ਉਸ ਤੋਂ ਬਿਨਾਂ ਜਿਹੜਾ ਹੈਗਾ ਗਿੱਦੜਬਾਹਾ ਦੇ ਵਿੱਚ ਪਬਲਿਕ ਟੋਇਲੈਟਾਂ ਦੀ ਜਿਹੜੀ ਹੈਗੀ ਆ ਬਹੁਤ ਹੀ ਮੰਦੀ ਹਾਲਤ ਹੈ, ਉਹ ਤੁਸੀਂ ਵੇਖ ਸਕਦੇ ਹੋ। ਸੋ ਦੇ ਦੋਸਤੋ ਜਿਹੜਾ ਗਿੱਦੜਬਾਹਾ ਨੂੰ ਚੰਡੀਗੜ੍ਹ ਬਣਾਇਆ ਇਹਨੂੰ ਸਾਰੀ ਜਿਹੜਾ ਹੈਗਾ ਸ਼ੇਅਰ ਕਰ ਦਿਓ ਅਤੇ ਦਿਖਾ ਦਿਓ ਲੋਕਾਂ ਨੂੰ ਵੀ ਭਾਈ ਜਿਹੜਾ ਹੈਗਾ ਵਿਕਾਸ ਆ ਜਿਹੜਾ ਹੈਗਾ ਸਿਰ ਚੜ੍ਹ ਕੇ ਬੋਲੀ ਜਾਂਦਾ। ਅਤੇ ਅਗਲੀ ਵਾਰੀ ਜਦੋਂ ਵੀ ਕਿਤੇ ਵੜਿੰਗ ਸਾਹਿਬ ਵਿਕਾਸ ਇਹੋ ਜਿਹਾ ਕਰਦੇ ਦਿਸੇ ਅਤੇ ਆਪਾਂ ਉੱਥੋਂ ਦੀ ਅਸਲੀਅਤ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਵੀ ਉੱਥੇ ਅਸਲ ਦੇ ਵਿੱਚ ਹੈ ਕੀ ਅਤੇ ਕਰਦੇ ਕੀ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ, ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਅਤੇ ਜਿਹੜਾ ਹੈਗਾ ਮੈਂ ਵੜਿੰਗ ਸਾਹਿਬ ਨੂੰ ਇਹੀ ਕਹਿਣਾ ਵੀ ਸਰ ਠੀਕ ਹੈ, ਪਰਮਾਤਮਾ ਨੇ ਤੁਹਾਨੂੰ ਦੋ ਵਾਰੀ ਜਿਹੜਾ ਹੈਗਾ MLA ਬਣਾਇਆ ਅਤੇ ਆਹ ਮੈਂ ਤੁਹਾਨੂੰ ਲੋਕ ਦਿਖਾ ਦੇਣਾ, ਵਿਚਾਰੇ ਖੜ ਖੜ ਕੇ ਆਸਾਂ ਭਰੀਆਂ ਨਜ਼ਰਾਂ ਨਾਲ ਦੇਖ ਰਹੇ ਆ ਵੀ ਯਾਰ ਸ਼ਾਇਦ ਸਾਡਾ ਕੋਈ ਹੱਲ ਹੋ ਜੇ। ਆਹ ਨਾਲ ਦੇ ਘਰਾਂ ਨੇ ਕੀ ਕਸੂਰ ਕਰਤਾ ਵੀ ਜਿਹੜਾ ਹੈਗਾ ਆਪਾਂ ਕਹੀਏ ਇਹਨਾਂ ਦਾ ਕੋਈ ਜਿਹੜਾ ਹੈਗਾ ਵਾਲੀ ਵਾਰਸ ਨਹੀਂ, ਪਤਾ ਨਹੀਂ ਲੋਕ ਕਿਸ ਤਰ੍ਹਾਂ ਜਾਂਦੇ ਹੋਣਗੇ ਇੱਥੇ ਅਤੇ ਕਿਸ ਤਰ੍ਹਾਂ ਜਿਹੜਾ ਹੈਗਾ ਆਪਣਾ ਕਰਦੇ ਹੋਣਗੇ। ਪਰ ਇਹ ਬਹੁਤ ਹੀ ਜਿਹੜਾ ਹੈਗਾ ਮੰਦਭਾਗੀਆਂ ਹਾਲਾਤ ਆ ਅੱਜ ਗਿੱਦੜਬਾਹੇ ਦੇ, ਸੋ ਇਹਨਾਂ 'ਤੇ ਜਿਹੜਾ ਹੈਗਾ ਤੁਸੀਂ ਧਿਆਨ ਦਿਓ, ਠੀਕ ਹੈ। ਅਤੇ ਦੂਜੀ ਗੱਲ ਹੈ ਵੀ ਜਿੱਥੇ ਜਿੱਥੇ ਵੀ ਤੁਸੀਂ ਆਪਣੇ ਮੈਂ ਕਹਿਣਾ ਵੀ ਜਿੱਥੇ ਜਿੱਥੇ ਤੁਸੀਂ ਅਗਲੀ ਵਾਰੀ ਵਿਕਾਸ ਕਰਿਆ ਕਰੋਗੇ ਆਪਾਂ ਤੁਹਾਡਾ ਉੱਥੇ ਦਿਖਾਉਣ ਦੀ ਕੋਸ਼ਿਸ਼ ਕਰਿਆ ਕਰਾਂਗੇ ਵੀ ਵੜਿੰਗ ਸਾਹਿਬ ਕਿੰਨਾ ਵਧੀਆ ਵਿਕਾਸ ਕਰ ਰਹੇ ਹੈ, ਠੀਕ ਹੈ। ਕਿਵੇਂ ਆਹ ਲੋਕ ਵਿਚਾਰੇ ਪਤਾ ਨਹੀਂ ਕਿਹੜੇ ਹਿਸਾਬ ਨਾਲ ਜਾਂਦੇ ਹੋਣਗੇ। ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਰੇ ਮੇਰੇ ਨਾਲ ਜੁੜੇ। ਅਤੇ ਅਗਲੀ ਵਾਰੀ ਜਦੋਂ ਕਿਸੇ ਹੋਰ ਥਾਂ 'ਤੇ ਇਸ ਤਰ੍ਹਾਂ ਦਾ ਵਿਕਾਸ ਕੀਤਾ ਹੋਇਆ ਤਾਂ ਆਪਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਉਸਦੀ ਰਿਐਲਿਟੀ ਕੀ ਹੈ। ਤੁਸੀਂ ਕੁਝ ਬੋਲਣਾ ਚਾਹੁੰਦੇ ਹੋ ਲੋਕਲ ਲੋਕ ਨੇ ਮੈਂ ਪੁੱਛਿਆ, ਪਰ ਕਿਉਂਕਿ ਤੁਹਾਨੂੰ ਪਤਾ ਹੀ ਆ ਫਿਰ ਵੜਿੰਗ ਸਾਹਿਬ ਕੀ ਕਰਦੇ, ਸਰਪੰਚਾਂ ਵਾਲਾ ਕੰਮ ਹੋ ਜਾਂਦਾ ਫਿਰ, ਹੈ ਨਾ, ਇਹਨਾਂ ਦੀ ਸਰਕਾਰ ਹੈ ਬਿਲਕੁਲ ਬਾਈ। ਸੋ ਹਰ ਇੱਕ ਬੰਦਾ ਜਿਹੜਾ ਹੈਗਾ ਸਹਿਮ ਰਾਜ ਤਾਂ ਉਹਨਾਂ ਦੇ ਨਹੀਂ ਰਹੇ ਜਿਨ੍ਹਾਂ ਦੀਆਂ ਜੱਦੀ ਪੁਸ਼ਤਾਂ ਨਹੀਂ ਕਰਨੇ ਸੀਗੇ। ਆਪਾਂ ਕਹੀਏ ਔਰੰਗਜ਼ੇਬ ਵਰਗੇ ਜਾਂ ਦੂਸਰੇ ਬਾਈ ਕਹਿੰਦਾ ਲੈ ਬਾਈ ਦੇਖ ਲਾ, ਅਤੇ ਉਹਨਾਂ ਦੇ ਨਹੀਂ ਰਹੇ ਇੱਥੇ ਤਾਂ ਡੈਮੋਕ੍ਰੇਸੀ। ਅੱਜ ਤਾਂ ਵੋਟਾਂ ਪੈਂਦੀਆਂ ਵੜਿੰਗ ਸਾਹਿਬ, ਤੁਸੀਂ ਮੈਂ ਤਾਂ ਇਹ ਕਹਿਣਾ ਤੁਹਾਨੂੰ ਆਪਾਂ ਤੁਸੀਂ ਵਿਕਾਸ ਕਰੋ, ਅਸੀਂ ਤੁਹਾਡਾ ਵਿਕਾਸ ਵੀ ਦਿਖਾਵਾਂਗੇ, ਠੀਕ ਹੈ। ਅਸੀਂ ਜਿਹੜਾ ਕੁਝ ਨਹੀਂ ਹੋਇਆ ਸੀ ਉਹ ਵੀ ਦਿਖਾਵਾਂਗੇ। ਜਿਹੜੇ ਥਾਂ 'ਤੇ ਤੁਸੀਂ ਜਿੱਥੇ ਵੀ ਡਿਬੇਟ ਕਰਨੀ ਆ ਆਪਦੇ ਵਿਕਾਸ ਦੇ ਮੁੱਦੇ 'ਤੇ, ਜਿੰਨਾ ਤੁਸੀਂ ਫੰਡ ਲਿਆਏ ਹੋ ਗਿੱਦੜਬਾਹਾ ਸ਼ਹਿਰ ਵਾਸਤੇ, ਗਿੱਦੜਬਾਹਾ ਦੇ ਪਿੰਡਾਂ ਵਾਸਤੇ, ਆਪਾਂ ਉਹ 'ਤੇ ਡਿਬੇਟ ਕਰ ਲਾਂਗੇ। ਤੁਸੀਂ ਟਾਈਮ ਦਿਓ, ਜਗ੍ਹਾ ਦਿਓ, ਜਿਹੜੇ ਚੈਨਲ 'ਤੇ ਡਿਬੇਟ ਕਰਨੀ ਚਾਹੁੰਦੇ ਹੋ, ਫੇਸਬੁੱਕ 'ਤੇ ਕਰਨੀ ਚਾਹੁੰਦੇ ਹੋ, ਯੂਟਿਊਬ 'ਤੇ ਕਰਨੀ ਚਾਹੁੰਦੇ ਹੋ, ਜਿੱਥੇ ਵੀ ਕਰਨੀ ਚਾਹੁੰਦੇ ਹੋ ਤੁਸੀਂ ਜਿਹੜਾ ਹੈਗਾ ਡਿਬੇਟ ਕਰ ਸਕਦੇ ਹਾਂ। ਆਪਾਂ ਆਪਣੇ ਇਲਾਕੇ ਦੀ ਸਮੱਸਿਆ ਲੋਕਾਂ ਸਾਹਮਣੇ ਅਸੀਂ ਤੁਹਾਡੇ ਸਾਹਮਣੇ ਦੱਸਣਾ ਚਾਹੁੰਦੇ ਹਾਂ, ਤੁਸੀਂ ਟਾਈਮ ਦਿਓ ਇੱਕ ਵਾਰ। ਅਤੇ ਇੱਕ ਵਾਰੀ ਜਿਹੜਾ ਹੈਗਾ ਆਹ ਵਿਚਾਰੇ ਮੇਰੇ ਪਿੱਛੇ ਭਰਾ ਮੇਰੇ ਖੜ੍ਹੇ ਆ ਸਾਰੇ ਦੇ ਸਾਰੇ, ਠੀਕ ਹੈ, ਇਹਨਾਂ ਨੂੰ ਪਤਾ ਤੁਹਾਡੇ ਘਰ ਬਈ ਨੇੜੇ ਹੀ ਇੱਥੋਂ ਸਾਰਿਆਂ ਦੇ, ਅਤੇ ਬਾਈ ਫਿਰ ਜਿਹੜਾ ਹੈਗਾ ਆਪਾਂ ਕਹੀਏ ਤੁਹਾਡੇ ਘਰਾਂ ਦਾ ਫਿਰ ਇੱਥੋਂ ਬੁਰਾ ਹਾਲ ਨਹੀਂ ਹੁੰਦਾ ਯਾਰ, ਗਿੱਦੜਬਾਹਾ ਪਿੰਡ ਦਾ ਬੁਰਾ ਹਾਲ ਆ ਬਾਈ। ਵੜਿੰਗ ਸਾਹਿਬ ਨੇ ਇੱਕ ਵਾਰੀ ਕਿਹੜਾ ਨਹੀਂ ਮਾਰਿਆ, ਅਤੇ ਫਿਰ ਹੁਣ ਕੀ ਕਹਿ ਸਕਦੇ ਹਾਂ ਭਰਾਵਾ, ਉਹ ਤਾਂ ਹੁਣ ਅੱਛਾ ਬੋਲਦੇ ਆ ਤਾਂ ਪਰਚੇ ਪਾ ਦਿੰਦੇ ਆ, ਇੱਥੇ ਪਹਿਲਾਂ ਇਹੋ ਜਿਹੇ ਧੱਕੇ ਧੁੱਕੇ ਹੁੰਦੇ ਰਹਿੰਦੇ ਆ, ਸੀਵਰ ਨਹੀਂ ਚੱਲਦਾ ਬਾਈ, ਸਾਰੇ ਦੇ ਪਿੰਡ 'ਚ ਬੁਰਾ ਹਾਲ ਹੋਇਆ ਪਿਆ। ਬਾਈ ਕਹਿੰਦਾ ਸੀਵਰੇਜ ਨਹੀਂ ਚੱਲਦਾ, ਬਾਈ ਕਿਉਂ ਨਹੀਂ ਚੱਲਦਾ, ਕਿੰਨਾ ਕੁ ਚਿਰ ਹੋ ਗਿਆ? ਬਹੁਤ ਚਿਰ ਹੋ ਗਿਆ ਯਾਰ, ਆਈ ਚੱਲੀ ਜਾਂਦੀ, ਵੇਖ ਕੇ ਤਾਂ ਪਿੰਡ ਦਾ ਹਕੀ ਹਾਲ ਕਰ ਛੱਡਿਆ ਬੰਦਿਆਂ ਨੇ ਇਹਨਾਂ ਨੇ। ਬਾਈ ਕਹਿੰਦਾ ਇੱਥੇ ਖੜ ਜਾਓ, ਕੋਈ ਨਹੀਂ ਬਾਈ, ਜਿਹੜਾ ਬਾਈ ਕਹਿੰਦਾ ਵੀ ਸੀਵਰੇਜ ਚੱਲਦਾ ਨਹੀਂ ਬਾਈ, ਫਿਰ ਮੰਨ ਲਓ ਤੁਹਾਨੂੰ ਯਾਰ ਕਿੰਨੀ ਕੁ ਦਿੱਕਤ ਆਉਂਦੀ ਆ ਸਾਰੇ, ਨਹੀਂ ਵੜਿੰਗ ਸਾਹਿਬ ਜਿੱਦੇ ਉਹਦੇ ਇੱਥੇ ਆਏ ਸੀ ਤੁਸੀਂ ਫਿਰ ਆਪਦੀ ਗੱਲ ਦੱਸ ਦਿੰਦੇ,
ਮੰਨਦੇ ਨਹੀਂ ਗੇ। ਇਹ ਹਾਲ ਆ ਵੜਿੰਗ ਸਾਹਿਬ, ਤੁਸੀਂ ਕਹਿੰਦੇ ਹੋ ਵੀ ਜਿਹੜਾ ਹੈਗਾ ਅਸੀਂ ਸਾਰਿਆਂ ਦੀ ਗੱਲ ਸੁਣਦੇ ਹਾਂ, ਹੁਣ ਇਹ ਗੁਰਪ੍ਰੀਤ ਕੋਟਲੀ ਤਾਂ ਨਹੀਂ ਕਹਿੰਦਾ, ਇਹ ਤਾਂ ਲੋਕ ਕਹਿੰਦੇ ਆ। ਅਤੇ ਬਾਈ ਫਿਰ ਇੱਥੋਂ ਜਿਵੇਂ ਮੰਨ ਲਓ ਜਿਹੜੇ ਹਿਸਾਬ ਨਾਲ ਇੱਥੇ ਆਪਾਂ ਕਹਿ ਕੇ ਗਾਵਾਂ ਮੱਝਾਂ ਐਂ ਤੁਰੇ ਫਿਰਦੇ ਆ, ਕੋਈ ਐਕਸੀਡੈਂਟ ਵਗੈਰਾ ਦਾ ਡਰ ਨਹੀਂ ਹੁੰਦਾ? ਐਕਸੀਡੈਂਟ ਹੁੰਦੇ ਨਹੀਂ? ਐਕਸੀਡੈਂਟ ਹੁੰਦੇ ਰਹਿੰਦੇ ਆ। ਅਤੇ ਫਿਰ ਹੁਣ ਐਂ ਦੱਸ ਦਿਓ ਭਰਾਵੋ, ਜਿਹੜੇ ਨੇ ਤੁਸੀਂ ਤਾਂ ਹੁਣ ਬਿੱਲਾਂ ਦੇ ਵਿੱਚ ਵੀ ਸੈੱਸ ਲੱਗਿਆ ਹੁੰਦਾ, ਹੁਣ ਇਹਨਾਂ ਨੂੰ ਫੜੂ ਕੌਣ ਜਿਹੜਾ ਹੈਗਾ? ਇਹ ਸਾਰਾ ਕੁਝ ਕਹਿਣਗੇ, ਆਹ ਤੁਸੀਂ ਦੇਖ ਲਓ, ਹੋ ਦੂਰ ਦੂਰ ਤੱਕ ਆਹ ਬੱਚਿਆਂ ਦਾ ਭਵਿੱਖ ਦੇਖ ਲਓ। ਵੜਿੰਗ ਸਾਹਿਬ, ਇਹ ਬਹੁਤ ਮਾੜੀ ਗੱਲ ਆ ਤੁਹਾਡੀ। ਤੁਹਾਨੂੰ ਚਾਹੀਦਾ ਤਾਂ ਇਹ ਆ ਵੀ ਲੋਕਾਂ ਦੇ ਮੁੱਦਿਆਂ 'ਤੇ ਬੁੱਲ ਗਏ, ਲੋਕਾਂ ਨਾਲ ਗੱਲਾਂ ਕਰਕੇ। ਜਦੋਂ ਵੜਿੰਗ ਸਾਹਿਬ ਪਹਿਲਾਂ ਆਉਂਦੇ ਹੁੰਦੇ ਸੀ, ਮੰਨ ਲਓ ਜਦੋਂ ਵੜਿੰਗ ਸਾਹਿਬ ਨੂੰ ਟਿਕਟ ਨਹੀਂ ਮਿਲੀ ਸੀ, ਉਦੋਂ ਬਿਹੇਵ ਕਿਵੇਂ ਸੀ ਅਤੇ ਅੱਜ ਦਾ ਕਿਵੇਂ ਆ? ਸਹੀ ਸਹੀ ਅੱਛਾ, ਜਦੋਂ ਦਾ ਇਹ MLA ਬਣਿਆ ਦੂਰੀ ਵਾਰੀ, ਉਸ ਤੋਂ ਬਾਅਦ ਇਹਨੇ ਗਿੱਦੜਵੇ ਪਿੰਡ 'ਚ ਜਮਾਂ ਵੀ ਗੇੜਾ ਨਹੀਂ ਮਾਰਿਆ। ਅੱਛਾ ਬਾਈ, ਤੁਸੀਂ ਵੜਿੰਗ ਸਾਹਿਬ ਨੂੰ ਦੇਖਿਆ ਹੋਣਾ ਪਹਿਲਾਂ, ਕਿਵੇਂ ਹਿਸਾਬ ਸੀਗਾ? ਅਤੇ ਅੱਛਾ ਆਹ ਹਾਲ ਹੈ ਲੋਕਾਂ ਦਾ ਵੀ, ਜਿਹੜਾ ਲੀਡਰ ਮਰਜ਼ੀ ਆ ਪਹਿਲਾਂ ਤਾਂ ਲਾਉਂਦਾ ਪੈਰੀ ਹੱਥਾਂ ਅਨੁਸਾਰ, ਅਤੇ ਉਸ ਤੋਂ ਬਾਅਦ ਜਿਹੜਾ ਹੈਗਾ ਗੱਲ ਨਹੀਂ ਸੁਣਦਾ। ਜਦੋਂ ਬਾਈ ਤੁਹਾਡਾ ਘਰ ਨੇੜੇ ਇੱਥੋਂ? ਅੱਛਾ ਤੁਹਾਡੇ ਹੀ ਘਰ ਆ, ਆਹ ਸਾਰੇ ਘਰ ਇਹ ਬਾਈਆਂ ਦੇ ਦੇਖ ਕੇ ਇਹ ਜਿਹੜਾ ਹੈਗਾ ਮੈਨੂੰ ਆ ਗਏ ਇੱਥੇ, ਕਹਿੰਦੇ ਬਾਈ ਅਸੀਂ ਵੀ ਜਿਹੜਾ ਹੈਗਾ ਦੇਖਦੇ ਹਾਂ, ਕੋਈ ਸਾਡੇ ਵੱਲੋਂ ਵਾਂਗੂ ਇਹਨਾਂ ਕੋਲ ਪੇੜ ਬੰਦੇ ਨਹੀਂ ਗਏ ਵੀ ਜਿਹੜੇ ਗਲਤ ਕਮੈਂਟ ਕਰਨਗੇ, ਜਾਂ ਇਹ ਕਹਿਣਗੇ ਵੀ ਬਾਈ ਨਹੀਂ ਇਹ ਲੋਕ ਆ ਇੱਥੋਂ ਦੇ, ਇਹਨਾਂ ਦਾ ਤੁਸੀਂ ਬਾਈਆਂ ਦਾ ਜਾ ਕੇ ਘਰ ਦੇਖ ਲਓ ਯਾਰ, ਆਪਾਂ ਤਾਂ ਆਵਾਜ਼ ਉਠਾਉਣੀ ਹੈ। ਠੀਕ ਹੈ ਵੀ ਜੇਕਰ ਜਿਹੜਾ ਬੰਦਾ ਪਹਿਲਾਂ ਇੰਨਾ ਕੁਝ ਕਰਦਾ ਹੁੰਦਾ ਸੀਗਾ ਵੀ ਯਾਰ ਮੇਰਾ ਭਰਾ, ਬਾਈ ਕੀ ਕਹਿੰਦਾ ਹੁੰਦਾ ਸੀਗਾ ਮੇਰਾ ਭਰਾ ਤੇ ਨਹੀਂ, ਮੰਨ ਲਓ ਜਦੋਂ ਮੰਨ ਲਓ ਕੋਈ ਇਹਨਾਂ ਦੇ ਕੋਲੇ ਆਉਂਦਾ ਮਿਲਣ ਵਾਸਤੇ, ਫਿਰ ਕਿਉਂ ਨਹੀਂ ਮਿਲਿਆ? ਚੰਗੀ ਲੈ ਲਓ ਚਾਹੇ ਮਾੜੀ ਲੈ ਲਓ, ਤੁਹਾਡਾ ਭਰਾ ਛੋਟਾ ਤੁਹਾਡੇ ਵਾਸਤੇ ਹੀ ਕਹਿਣਾ, ਤੁਹਾਡੇ ਜਿਹੜੇ ਹੈਗੇ ਆ ਥੱਲੇ ਵਾਲੇ ਲੀਡਰਾਂ ਨੇ ਨਾ ਜਿਹੜੇ ਭਰਾ ਭਾਈ ਦੱਸੀ ਜਾਂਦਾ। ਦੇਖੋ ਤੁਹਾਡਾ ਪਹਿਲਾਂ ਸੀਗਾ ਸਿੱਧਾ ਰਾਬਤਾ, ਤੁਸੀਂ ਲੋਕਾਂ ਨੂੰ ਪਿਆਰ ਕਰਦੇ ਸੀ, ਲੋਕਾਂ ਨੇ ਤੁਹਾਨੂੰ ਪਿਆਰ ਕੀਤਾ, ਪਰ ਅੱਜ ਤੁਹਾਡੇ ਕੋਲ ਪਾਵਰ ਆ, ਤੁਸੀਂ ਦੇਖੋ ਚੀਫ ਸੈਕਟਰੀ ਬਦਲਾ ਤੇ ਤੁਸੀਂ ਆਪ ਕਹਿੰਦੇ ਹੋ, ਠੀਕ ਆ, ਉਹ ਤੋਂ ਬਿਨਾਂ ਤੁਸੀਂ ਜਿਹੜਾ ਹੈਗਾ ਐਡੇ ਐਡੇ ਅਹੁਦਿਆਂ 'ਤੇ ਰਹੇ ਆ, ਪੰਜਾਬ ਯੂਥ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਰਹੇ ਹੋ, ਇਹ ਗਿੱਦੜਬਾਹ ਦੀ ਬਦੌਲਤ ਰਹੇ ਹੋ, ਠੀਕ ਹੈ, ਇੱਥੋਂ ਦੇ ਲੋਕਾਂ ਨੇ ਤੁਹਾਨੂੰ ਪਿਆਰ ਕੀਤਾ, ਕਿਰਪਾ ਕਰਕੇ ਇਹਨਾਂ ਦੀਆਂ ਗੱਲਾਂ ਮੰਨੋ, ਅਤੇ ਨਹੀਂ ਤਾਂ 1.5 ਸਾਲ ਹੈਗਾ ਕੋਈ ਨਾ ਕੋਈ ਹੋਰ ਆ ਜੂਗਾ। ਪਰ ਅਸੀਂ ਤਾਂ ਇਹ ਕਹਿੰਦੇ ਹਾਂ ਵੀ ਜਿਹੜਾ ਹੈਗਾ ਵਿਕਾਸ ਹੋਵੇ, ਅਸੀਂ 1.5 ਸਾਲ ਥੋੜ੍ਹੀ ਉਡੀਕਣਾ, ਤਾਂ ਤੁਹਾਨੂੰ ਉਡੀਕਣਾ ਵੀ ਯਾਰ ਤੁਸੀਂ ਵਿਕਾਸ ਕਰ ਦਿਓ ਤਾਂ ਤੁਹਾਡੇ ਵਰਗਾ ਕਿਹੜਾ ਹੋਊਗਾ। ਬਾਕੀ ਗੱਲਾਂ ਦੂਜੀਆਂ ਰਹਿ ਗਈਆਂ, ਆਪਾਂ ਕਹਿੰਦੇ ਜਿਹੜਾ ਹੈਗਾ ਸਾਡੇ ਪਿੰਡ ਦੀ ਸਰਪੰਚ ਆ ਬਿੰਦਰ ਕੌਰ ਵਿਚਾਰੀ, ਠੀਕ ਹੈ, ਉਹ 'ਤੇ ਵੀ ਕਹਿੰਦੇ ਆ ਵੀ ਜਿਹੜਾ ਹੈਗਾ ਇਹਨਾਂ ਨੇ ਅਬਜ਼ਰਵਰ ਲਾਉਣ ਦੀ ਤਿਆਰੀ ਅੰਦਰ ਖਾਤੇ, ਜਾਂ ਆਪਾਂ ਕਹਿੰਦੇ ਵੀ ਉਹਨੂੰ ਜਿਹੜਾ ਹੈਗਾ ਸਾਈਡ ਲਾਈਨ ਕਰਨ ਦੀਆਂ ਤਿਆਰੀਆਂ। ਦੇਖੋ ਵੜਿੰਗ ਸਾਹਿਬ, ਜੇ ਤੁਸੀਂ ਇਹੋ ਜਿਹਾ ਕੁਛ ਕਰੋਗੇ ਤਾਂ ਅਸੀਂ ਪਿੰਡ ਦੇ ਨਿਵਾਸੀ ਹਾਂ, ਸਾਡੇ ਪਿੰਡ ਦੀ ਜਿਹੜੀ ਮੋਹਤਬਾਰ ਆ, ਫਿਰ ਸਾਨੂੰ ਕਹਿਣਾ ਹੀ ਪੈਣਾ, ਅਤੇ ਕਿਰਪਾ ਕਰਕੇ ਐਂ ਨਾ ਕਰੋ, ਸਾਡੇ ਪਿੰਡ ਕੋਟਲੀ ਨੂੰ ਗ੍ਰਾਂਟਾਂ ਦਿਓ, ਅਸੀਂ ਵੀ ਤੁਹਾਨੂੰ ਪਿਆਰ ਕਰਾਂਗੇ। ਪਰ ਆਹ ਗਿੱਦੜਵਾ ਵੈਸੇ ਵੀ ਪਿਆਰ ਕਰਦੇ ਬਾਈ, ਇੱਕ ਯਾਰ ਇਹ ਇੰਨਾ ਪਾਣੀ ਇੱਥੇ ਆਉਂਦਾ ਕਿਉਂ ਆ? ਅੱਛਾ ਆਸੇ ਪਾਸੇ ਸਾਰਾ ਕੁਛ ਹੈ, ਇਹਨਾਂ ਨੇ ਗੰਦ 'ਚ ਹੀ ਪਾਰਕ ਕਿਉਂ ਚੁਣਿਆ? ਅੱਛਾ ਅੱਛਾ ਇੱਥੇ ਪਾਣੀ ਇਕੱਠਾ ਆਉਂਦਾ ਸੀ, ਠੀਕ ਹੈ, ਨਹੀਂ ਸ਼ਹਿਰ ਤਾਂ ਬੰਦਾ ਆਊ ਕਿਵੇਂ ਇੰਨੇ ਗੰਦ 'ਚ ਬਹੀ ਤੜਕੇ ਸ਼ਹਿਰ ਕਰਨ ਆਊ ਤਾਂ ਅਗਲਾ ਗੰਦ ਦੇਖਣ ਆਊ, ਅਗਲਾ ਕੋਈ ਵੀ ਪਾਣੀਆਂ ਲਾ ਲਓ, ਗਰੀਬ ਲਾ ਲਓ, ਕੋਈ ਵੀ ਲਾ ਲਓ, ਕੋਈ ਬੱਚਾ ਇੱਧਰ ਨਹੀਂ ਆਉਂਦਾ, ਠੀਕ ਹੈ, ਬਿਲਕੁਲ ਤੋਂ ਬਾਹਰ ਬਣਾਇਆ, ਇਹੀ ਸ਼ਹਿਰ 'ਚ ਬਣਾਇਆ ਹੁੰਦਾ ਤਾਂ ਬਹੁਤ ਵਧੀਆ ਹੁੰਦਾ। ਬਾਕੀ ਦੇਖੋ ਜਿੱਥੇ ਐਂ ਅਵਾਰਾ ਕੁੱਤੇ ਅਵਾਰਾ ਪਸ਼ੂ ਘੁੰਮਦੇ ਹੋਣਗੇ, ਮੈਨੂੰ ਐਂ ਦੱਸੋ ਜਿੱਥੇ ਵੜਿੰਗ ਸਾਹਿਬ ਨੇ ਪਾਰਕ ਬਣਾਇਆ, ਲੋਕੇਸ਼ਨ ਦਿਖਾਉਣਾ ਤੁਹਾਨੂੰ ਮੈਂ, ਕਿੱਡੀ ਤਕੜੀ ਲੋਕੇਸ਼ਨ ਹੈ। ਇੱਧਰਲੇ ਪਾਸੇ ਜਿਹੜੇ ਹੈਗਾ ਅਵਾਰਾ ਗਊਆਂ ਆਰਾਮ ਨਾਲ ਘੁੰਮ ਰਹੀਆਂ, ਇੱਧਰਲੇ ਪਾਸੇ ਘੁੰਮ ਰਹੇ ਆ, ਇੱਧਰਲੇ ਪਾਸੇ ਬਈ ਆ ਸੂਰ ਅਤੇ ਹਰ ਤਰ੍ਹਾਂ ਦਾ ਪ੍ਰਜਾਤੀ ਵਾਲਾ ਪੰਛੀ ਮਿਲਜੂ ਜਿਹੜਾ ਖਤਰਾ। ਯਾਰ ਮੈਨੂੰ ਐਂ ਦੱਸੋ ਵੀ ਇੱਥੇ ਪਾਰਕ ਦੇ ਵਿੱਚ ਸ਼ਹਿਰ ਕਰਕੇ ਕਿਸੇ ਜਵਾਕ ਨੇ ਮਰਨਾ?
ਵੀ ਇੱਥੇ ਪਾਰਕ ਬਣਾਉਣ ਦਾ ਦੂਜਾ ਕਾਰਨ ਹੈ ਵੀ ਇੱਥੇ ਜਿਹੜਾ ਹੈਗਾ ਟੂਹਿਆਂ 'ਚ ਭਰਤ ਪਾ ਕੇ ਕਹਿੰਦੇ ਆ ਉਹ ਜਿਹੜੇ ਬਾਈ ਦੱਸ ਰਿਹਾ ਕਹਿੰਦਾ ਇੱਥੇ ਪਾਣੀ ਇਕੱਠਾ ਹੁੰਦਾ ਸੀ ਉੱਥੇ ਭਰਤ ਪਾ ਦੀ ਹੁਣ ਛੱਪੜਾਂ ਦੇ ਵਿੱਚ ਪਾਰਕ ਬਣਾਈ ਜਾਂਦੇ ਆ ਕਿਉਂਕਿ ਹਰ ਪਿੰਡਾਂ ਦੇ ਵਿੱਚ ਵੀ ਬਹੁਤਾਂ ਦੇ ਵਿੱਚ ਛੱਪੜਾਂ ਦੇ ਵਿੱਚ ਪਾਰਕ ਬਣੇ ਆ ਪਹਿਲੀ ਗੱਲ ਤਾਂ ਇਹ ਆ ਯਾਰ ਪਿੰਡਾਂ ਦਾ ਸੀਵਰੇਜ ਦਾ ਪ੍ਰਬੰਧ ਹੈ ਨਹੀਂ ਗਾ ਬਹੁਤ ਜ਼ਿਆਦਾ ਪਿੰਡਾਂ ਦੇ ਵਿੱਚ ਜਿਹੜੀ ਸੀਵਰੇਜ ਹੀ ਹੈ ਨਹੀਂ ਠੀਕ ਹੈ ਉਹਦਾ ਕੋਈ ਨਿਕਾਸੀ ਦਾ ਪ੍ਰਬੰਧ ਨਹੀਂ ਪੰਜਾਬ ਇੱਕ ਡੂੰਘਾ ਟੋਆ ਇਹਦੇ ਵਿੱਚ ਜੇ 3-4 ਦਿਨ ਲਗਾਤਾਰ ਮੀਂਹ ਪੈ ਜਾ ਸਾਰਾ ਪੰਜਾਬ ਡੁੱਬਣ ਦੀ ਨੌਬਤ ਆ ਸਕਦੀ ਹੈ ਮੈਂ ਬਹੁਤ ਵਾਰ ਵੀਡੀਓ ਦੇ ਵਿੱਚ ਕਿਹਾ ਹਰ ਪਿੰਡ ਦੇ ਵਿੱਚ ਇਹ ਜ਼ਰੂਰੀ ਹੈ ਅਤੇ ਅੱਜ ਮੈਂ ਸ਼ਹਿਰ ਤੁਹਾਨੂੰ ਤਾਂ ਲੈਣ ਆਇਆ ਸੀ ਕਿਉਂਕਿ ਸ਼ਹਿਰ ਦੇ ਵਿੱਚ ਇਹ ਕਹਿੰਦੇ ਰਹਿੰਦੇ ਆ ਵੀ ਅਸੀਂ ਸ਼ਹਿਰ ਦੇ ਵਿੱਚ ਸਾਡੀ ਵੋਟ ਬਹੁਤ ਹੈ ਸਾਨੂੰ ਹਰ ਵਾਰ ਕਾਂਗਰਸ ਉੱਥੋਂ ਜਿਹੜੀ ਵੱਧ ਜਾਂਦੀ ਹੈ ਪਰ ਮੈਂ ਕਹਿਣਾ ਦੇਖੋ ਤੁਹਾਨੂੰ ਲੋਕਾਂ ਨੇ ਪਿਆਰ ਕੀਤਾ ਤਾਂ ਹੀ ਵੋਟਾਂ ਵਧੀਆਂ ਤਾਂ ਹੀ ਪਰ ਯਾਰ ਘੱਟੋ ਘੱਟ ਸ਼ਹਿਰ ਦਾ ਵਿਕਾਸ ਤਾਂ ਕਰ ਦਿਓ ਚਲੋ ਪਿੰਡਾਂ 'ਤੇ ਆਪਾਂ ਕਹਿ ਦਿੰਦੇ ਹਾਂ ਵੀ ਫਲਾਨੀ ਪਾਰਟੀ ਦਾ ਧਮਕੀ ਵਾਲੇ ਆ ਸੋ ਵੀਰ ਮੇਰਿਓ ਤੁਸੀਂ ਮੇਰੇ ਨਾਲ ਜੁੜੇ ਇਸ ਪੇਜ ਨੂੰ ਵੱਧ ਤੋਂ ਵੱਧ ਲਾਈਕ ਕਰੋ ਸ਼ੇਅਰ ਕਰੋ ਅਤੇ ਜਦੋਂ ਵੀ ਵੜਿੰਗ ਸਾਹਿਬ ਅਗਲੀ ਵਾਰੀ ਕਿਤੇ ਵਿਕਾਸ ਦਿਖਾਇਆ ਤਾਂ ਮੈਂ ਤੁਹਾਨੂੰ ਉਹਦੀ ਗਰਾਊਂਡ ਰਿਪੋਰਟ ਜ਼ਰੂਰ ਭੇਜੂੰਗਾ ਅਤੇ ਇਹ ਵੀਡੀਓ ਇੰਨੀ ਕੁ ਸ਼ੇਅਰ ਕਰਿਓ ਵੀ ਜਿਹੜੇ ਬੰਦੇ ਆਹਾ ਫੋਟੋਆਂ ਦੇਖ ਕੇ ਠੀਕ ਆ ਹੋਰ ਹਲਕਿਆਂ ਦੇ ਆਪਾਂ ਕਹੀਏ ਗਿੱਦੜਬਾਹਾ ਦਾ ਵੜਿੰਗ ਸਾਹਿਬ ਮੈਨੂੰ ਲੱਗਦਾ ਫਤਿਹ ਬੁਲਾਈ ਜਾਂਦੇ ਆ ਕਿਤੇ ਮੁਕਤਸਰ ਵਾਲੇ ਜਾਂ ਬਠਿੰਡੇ ਵਾਲੇ ਪਾਸੇ ਕੋਈ ਸੇਫ ਸੀਟ ਲੱਭੀ ਜਾਂਦੇ ਹੋਣੇ ਆ ਠੀਕ ਆ ਉੱਧਰਲੇ ਲੋਕਾਂ ਨੂੰ ਐਂ ਲੱਗਦਾ ਹੋਣਾ ਵੀ ਯਾਰ ਬਹੁਤ ਵਿਕਾਸ ਕਰੀ ਜਾਂਦੇ ਆ ਪਰ ਵਿਕਾਸ ਤੁਹਾਡੇ ਸਾਹਮਣੇ ਮੈਂ ਦਿਖਾਤਾ ਜੇ ਕਿਸੇ ਨੂੰ ਕੋਈ ਡਾਊਟ ਆ ਤਾਂ ਮੈਨੂੰ ਪੁੱਛ ਲਿਓ ਭਰਾ ਮੇਰਿਓ ਠੀਕ ਹੈ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਪੇਜ ਨੂੰ ਵੱਧ ਤੋਂ ਵੱਧ ਲਾਈਕ ਕਰੋ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਗਲੀ ਵਾਰੀ ਮਿਲਾਂਗੇ ਜਦੋਂ ਕਿਤੇ ਧੱਕਾ ਹੋਇਆ ਜਾਂ ਕਿਤੇ ਵਿਕਾਸ ਹੋਇਆ ਧੰਨਵਾਦ ਜੀ।